ਲੁਧਿਆਣਾ ਦੇ ਮੋਦੋਪੁਰੀ ਖੇਤਰ ਦੇ ਵਿੱਚ ਰਮੇਸ਼ ਪਲਾਸਟਿਕ ਨਾਮ ਦੇ ਪਲਾਸਟਿਕ ਵਿਕਰੇਤਾ ਦੇ 3 ਮੰਜ਼ਿਲਾ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਮੌਕੇ ਤੇ ਸੀਨੀਅਰ ਡਿਪਟੀ ਮੇਅਰ ਸ਼ਾਂਤ ਸੁੰਦਰ ਮਲਹੋਤਰਾ ਨੇ ਵੀ ਦੌਰਾ ਕੀਤਾ ਹੈ। ਦਮਕਲ ਅਧਿਕਾਰੀ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਹੈ ਕਿ ਅੱਗਜਣੀ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਸਨ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ। ਸਾਨੂੰ ਟੈਲੀਫੋਨ ਆਇਆ ਸੀਗਾ ਕਿ ਰਮੇਸ਼ ਪਲਾਸਟਿਕ ਮਾਧੋਪੁਰੀ ਅੱਗ ਲੱਗੀ ਹੈ। ਅਸੀਂ ਗੱਡੀਆਂ ਲੈ ਕੇ ਇੱਥੇ ਪਹੁੰਚੇ ਤੇ ਅੱਗ ਤੇ ਕਾਬੂ ਪਾ ਰਹੇ ਹਾਂ। 3 ਗੱਡੀਆਂ ਲੱਗ ਚੁੱਕੀਆਂ, ਹੋਰ ਗੱਡੀਆਂ ਆ ਰਹੀਆਂ। ਗੋਡਾਊਨ ਹੈ, ਡੇਢ ਦੋ ਘੰਟੇ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।